ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਪੰਜਾਬ ਸਰਕਾਰ ਨੇ ਸੈਲਰੀ ਤੇ ਰੈਗੂਲਾਈਜੇਸ਼ਨ ਲਈ ਹੜਤਾਲ ਕਰ ਰਹੇ ਮੁਲਾਜ਼ਮਾਂ ਦੇ ਕੰਟਰੈਕਟ ਰੱਦ ਕਰ ਦਿੱਤੇ ਨੇ। ਮਿਸ਼ਨ ਡਾਇਰੈਕਟਰ NHM ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਆਦੇਸ਼ ਦੇ ਦਿੱਤੇ ਨੇ। ਹੜਤਾਲ ਲਈ ਮੁਲਾਜ਼ਮਾਂ ਦੀ ਥਾਂ ਵਲੰਟੀਅਰ ਸਟਾਫ ਨੂੰ ਰੱਖਣ ਦੇ ਆਦੇਸ਼ ਵੀ ਦੇ ਦਿੱਤੇ ਗਏ ਨੇ। ਸਰਕਾਰ ਨੇ ਮੁਲਾਜ਼ਮਾਂ ਨੂੰ ਸੋਮਵਾਰ 10 ਵਜੇ ਤੱਕ ਆਪਣੇ ਕੰਮ ਤੇ ਵਾਪਸ ਆਉਣ ਦੀ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਕੁਝ ਮੁਲਾਜ਼ਮ ਵਾਪਸ ਵੀ ਆ ਗਏ ਨੇ, ਪਰ ਕਾਫੀ ਮੁਲਾਜ਼ਮ ਥਾਂ ਥਾਂ ਤੇ ਹੜਤਾਲ ਤੇ ਗਏ, ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਸਖ਼ਤ ਰੁੱਖ ਅਪਣਾਉਂਦਿਆਂ ਉਹਨਾਂ ਦੇ ਕੰਟਰੈਕਟ ਰੱਦ ਕਰਨ ਦਾ ਫੈਸਲਾ ਕੀਤਾ। ਸਰਕਾਰ ਨਾਲ ਚੱਲ ਰਹੀ ਗੱਲਬਾਤ ਦੌਰਾਨ ਸਰਕਾਰ ਅਤੇ ਮੁਲਾਜ਼ਮਾਂ ਵਿਚਕਾਰ ਸੁਲਾਹ ਦੀ ਖਬਰ ਆਈ ਸੀ, ਪਰ ਭੱਤਿਆਂ ਨੂੰ ਲੈ ਕੇ ਮੁਲਾਜ਼ਮ ਸੰਤੁਸ਼ਟ ਨਹੀਂ ਸਨ, ਜਿਸ ਕਰਕੇ ਸਰਕਾਰ ਨੇ ਉਹਨਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕਰ ਲਿੱਤਾ। 1000 ਰੁਪਏ ਦਿਨ ਦੇ ਹਿਸਾਬ ਨਾਲ ਵਲੰਟੀਅਰ ਰੱਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ 1000 ਰੁਪਏ ਦਿਨ ਦੇ ਹਿਸਾਬ ਨਾਲ ਵਲੰਟੀਅਰ ਹੁਣ ਕੰਮ ਕਰਦੇ ਵੀ ਨਜ਼ਰ ਆਉਣਗੇ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਲ ਨਿਊਜ਼ ਵਾਲਾ .com ਦੇ ਨਾਲ।